ਹਮੇਸ਼ਾ ਵਿਦੇਸ਼ਾਂ ਦੀਆਂ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਪਿਆਰੇ ਦਰਸ਼ਕੋ, ਤੁਹਾਡੇ ਆਪਣੇ ਜਸਵਿੰਦਰ ਭੱਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਝ ਦਿਨ ਪਹਿਲਾਂ ਮੈਂ ਆਪਣੇ ਪੇਜ ਤੇ ਇੰਸਟਾਗ੍ਰਾਮ ਤੇ ਇੱਕ ਕਲਿੱਪ ਪਾਈ ਸੀ ਜਿਹਦੇ ਤੇ ਟਾਈਟਲ ਸੀ ਜੱਟ ਵਰਸਿਸ ਸਰਕਾਰ। ਉਹਦੇ ਵਿੱਚ ਮੈਂ ਐਗਜ਼ਾਮਪਲ ਦਿੱਤੀ ਸੀ ਜੱਟ ਤੇ ਪੰਡਿਤ ਦੀ, ਔਰ ਅਸਲ ਵਿੱਚ ਇਸ ਕਹਾਣੀ ਪਿੱਛੇ ਮੁੱਦਾ ਸੀ ਸਾਡੀ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਸ ਦੀ ਸਪੋਰਟ ਕਰਨ ਦਾ। ਪਰ ਜਦੋਂ ਮੈਂ ਪੇਜ 'ਤੇ ਪਾਈ ਤਾਂ ਸਾਡੇ ਕੁਝ ਪੰਡਿਤ ਵੀਰਾਂ ਨੇ ਉਸ 'ਤੇ ਗਿਲਾ ਕੀਤਾ, ਸ਼ਿਕਵਾ ਕੀਤਾ, ਔਰ ਜਦੋਂ ਮੈਨੂੰ ਕਮੈਂਟ ਮਿਲਣੇ ਸ਼ੁਰੂ ਹੋਏ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਭਾਅ ਜੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਸੀ, ਤੁਹਾਡਾ ਰਿਗਾਰਡਸ ਕਰਦੇ ਸੀ, ਇੰਨਾ ਸਤਿਕਾਰ ਕਰਦੇ ਸੀ, ਪਰ ਜੋ ਤੁਸੀਂ ਆਹ ਕਲਿੱਪ ਪਾਈ ਆ ਸਾਨੂੰ ਅੱਛੀ ਨਹੀਂ ਲੱਗੀ, ਇਸ ਕਰਕੇ ਅੱਜ ਤੋਂ ਬਾਅਦ ਤੁਹਾਡੇ ਨਾਲ ਸਾਡਾ ਫੈਨ ਵਾਲਾ ਰਿਸ਼ਤਾ ਖਤਮ ਹੋ ਗਿਆ। ਮੇਰਾ ਦਿਲ ਬਲੁੰਦਰਿਆ ਗਿਆ ਇਹ ਗੱਲ ਸੁਣ ਕੇ ਕਿ ਜੇ ਮੈਂ ਲੋਕਾਂ ਨੂੰ ਹਸਾਉਣ ਦੇ ਬਦਲੇ ਤਾਂ ਆਪਣੇ ਜਿਹੜੇ ਪੰਡਿਤ ਫੈਨਸ ਨੇ ਮੇਰੇ ਉਹੀ ਨਿਰਾਸ਼ ਕਰ ਲਏ, ਮੈਂ ਕੀ ਖੱਟਿਆ। ਅੱਜ ਭਾਰਤ ਭੂਸ਼ਣ ਆਸ਼ਰ ਜੀ ਸਾਡੇ ਰਿਸਪੈਕਟੇਬਲ ਮਿਨਿਸਟਰ ਲੁਧਿਆਣੇ ਤੋਂ ਮੈਨੂੰ ਫੋਨ ਆਇਆ ਕਿ ਜਸਵਿੰਦਰ ਜੀ ਅੱਜ ਸ਼ਾਮ ਨੂੰ 5:30 ਵਜੇ ਚਾਹ ਦਾ ਕੱਪ ਮੇਰੇ ਨਾਲ ਮੇਰੇ ਘਰ ਪੀਣਾ। ਮੈਂ ਅਤੇ ਮੇਰਾ ਸਾਥੀ ਬਾਲਮ ਕੰਦ ਸ਼ਰਮਾ ਅਸੀਂ ਸ਼ੂਟਿੰਗ ਤੋਂ ਵਿਹਲੇ ਹੋ ਕੇ ਸਿੱਧਾ 5:00 ਵਜੇ ਉਹਨਾਂ ਦੇ ਘਰ ਪਹੁੰਚੇ। ਤਾਂ ਦੂਸਰੇ ਪਾਸੇ ਉਹਨਾਂ ਨੇ ਸਾਡੇ ਸ਼ਹਿਰ ਦੇ ਮੋਹਤਵਾਰ ਪੰਡਿਤ ਅਜੇ ਵਿਸ਼ਿਸ਼ ਜੀ, ਰਾਜਨ ਸ਼ਰਮਾ ਜੀ, ਭੁਪਿੰਦਰ ਸ਼ਰਮਾ ਜੀ, ਐਡਵੋਕੇਟ ਪਵਨ ਸ਼ਰਮਾ ਜੀ, ਅਸ਼ਵਨੀ ਸ਼ਰਮਾ ਜੀ, ਔਰ ਪਾਇਲਟ ਸੰਜੀਵ ਜੀ ਅਤੇ ਹੋਰ ਬਹੁਤ ਸਾਰੇ ਮਿੱਤਰ ਬੈਠੇ ਸੀ ਉਹਨਾਂ ਕੋਲ। ਅਤੇ ਮੈਨੂੰ ਸਮਝਦੇ ਨੂੰ ਦੇਰ ਨਹੀਂ ਲੱਗੀ ਕਿ ਇਹ ਉਹੀ ਮੁੱਦਾ ਜਿਹਦੇ ਕਰਕੇ ਸਾਡੇ ਪੰਡਿਤ ਵੀਰ ਨਾਰਾਜ਼ ਨੇ ਅਤੇ ਭਾਰਤ ਭੂਸ਼ਣ ਜੀ ਨੇ ਸਾਨੂੰ ਉੱਥੇ ਬੁਲਾਇਆ ਇਸ ਮੁੱਦੇ 'ਤੇ ਗੱਲਬਾਤ ਕਰਨ ਲਈ। ਸੋ ਬੜੇ ਸੁਖਾਵੇਂ ਮਾਹੌਲ 'ਚ ਉਹਨਾਂ ਦੀ ਪ੍ਰੈਜੈਂਸ ਦੇ ਵਿੱਚ ਗੱਲਬਾਤ ਹੋਈ ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਕਦੇ ਵੀ ਇੱਦਾਂ ਦੀ ਮਨਸ਼ਾ ਨਹੀਂ ਰਹੀ ਕਿ ਮੈਂ ਕਿਸੇ ਧਰਮ ਨੂੰ ਜਾਂ ਕਿਸੇ ਜਾਤੀ ਨੂੰ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਮੈਂ ਹਿੱਟ ਕਰਾਂ। ਆਸ਼ੂ ਜੀ ਨੇ ਸਮਾਂ 'ਤੇ ਇਹ ਕਹਿੰਦੇ ਹੋਏ ਬੜਾ ਹਸਾਇਆ ਕਿ ਮੈਨੂੰ ਤਾਂ ਆਪ ਨਹੀਂ ਯਕੀਨ ਹੋਇਆ ਕਿ ਜਸਵਿੰਦਰ ਭੱਲਾ ਪੰਡਿਤ ਸਾਰਿਆਂ ਦੇ ਖਿਲਾਫ ਬੋਲ ਸਕਦਾ, ਕਿਉਂਕਿ ਉਹਦੇ ਤਾਂ ਆਪ ਸੱਜੇ ਖੱਬੇ ਮੁੱਤਾਂ ਤੋਂ ਇੱਕ ਪਾਸੇ ਬਾਦਮਕੰਦ ਸ਼ਰਮਾ ਅਤੇ ਦੂਜੇ ਪਾਸੇ ਨੀਲੂ ਸ਼ਰਮਾ ਜੋ ਛਿੜਕਾਟਿਆਂ ਦੇ ਵਿੱਚ ਹਮੇਸ਼ਾ ਆਉਂਦੇ ਨੇ ਉਹ ਰਹਿੰਦੇ ਨੇ, ਅਤੇ ਉਹ ਕਿਵੇਂ ਇਸ ਤਰ੍ਹਾਂ ਗਲਤ ਗੱਲ ਬੋਲ ਸਕਦੇ ਨੇ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਸ ਕਹਾਣੀ ਪਿੱਛੇ ਮੁੱਦਾ ਇਹ ਸੀ, ਪਰ ਫਿਰ ਵੀ ਅਗਰ ਸਾਡੀ ਉਸ ਕਿਸਾਨੀ ਸੰਘਰਸ਼ ਨੂੰ ਸਪੋਰਟ ਕਰਨ ਦੇ ਬਦਲੇ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਉਹ ਐਗਜ਼ਾਮਪਲ ਗਲਤ ਦਿੱਤੀ ਅਤੇ ਤੁਹਾਡਾ ਦਿਲ ਉਹਦੇ ਵਿੱਚ ਦੁਖਿਆ, ਤਾਂ ਮੈਂ ਉਸ ਗੱਲ ਲਈ ਮੈਨੂੰ ਖੇਦ ਆ, ਮੈਂ ਤੁਹਾਡੇ ਕੋਲੋਂ ਸੌਰੀ ਫੀਲ ਕਰਦਾ। ਅਤੇ ਪਰ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਆਪਣੇ ਪਿਆਰੇ ਪਿਆਰੇ ਫੈਨਸ ਨੂੰ ਨਿਰਾਸ਼ ਕਰਾਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਸ਼ੂ ਜੀ ਦੀ ਗੱਲ ਮੰਨ ਕੇ ਔਰ ਬੈਠ ਕੇ ਐਮੀਕੇਬਲੀ ਸਾਰਾ ਮਸਲਾ ਸੋਲਵ ਕਰ ਲਿਆ, ਬਹੁਤ ਬਹੁਤ ਧੰਨਵਾਦ। शादी की सभी तैयारियां हो गई, मिठाई कहां से आ रही है? सिर्फ और सिर्फ सुधीर स्वीट स्नैक्स एंड बेकर से। 135 सालों से स्वादिष्ट एवं शुद्ध घी की मिठाइयों के निर्माता सुधीर स्वीट्स, सेंट्रल टाउन, फगवाड़ा। विदेशों की खबरें देखने के लिए सब्सक्राइब करो साडा चैनल ते बेल आइकन दबाना ना भूलना।